स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड भागसर तहसील ते जिला नूं श्री मुक्तसर साहब ही पैंदा है। श्री मुक्तसर साहब तो दोस्तों जे अबोहरवाल नूं जाणा होवे तां मेन रोड दे उत्ते पिंड रूड़िआं वाली आउंदा है जिथों भागसर नूं सड़क निकलदी है। इस पिंड च बाई जी होरां कोल इहने इक पशु घरे रखे जिहड़े तुसीं स्क्रीन ते देख रहे हैं। अज दी वीडियो दोस्तों मेन इस गां दी है, इहनां ने वेचणी है सूण दे नेड़े। तो एक मज दोस्तों तुहानूं वैसे दिखा देंगे, जे कोई शकीन वीर आऊगा उहदे पसंद आउंदी है तां बाई जी सौदा कर लैणगे, वेचण दा इहनां दा इरादा हैगा। बेसिक इनफॉर्मेशन ले देंगे दोस्तों, दुध थोड़ा ही आ, बाला इहनूं तोर के जां खोल के दिखाउण दी कोई ज़्यादा लोड़ है नहीं। सो ये गां दी दोस्तों वीडियो बनाउण लगे हैं, बाई जी होरां नाल गलबात करदे हां ते इहदा रिकॉर्ड पता करदे हां सारा। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰੇ ਆਪਣਾ? ਗੁਰਬਲਾਸ ਸਿੰਘ ਜੀ। ਗੁਰਬਲਾਸ ਸਿੰਘ। ਪਸ਼ੂ ਫਿਰ ਪੁਰਾਣੇ ਹੀ ਰੱਖਦੇ ਹੋ? ਹਾਂਜੀ ਪੁਰਾਣੇ। ਇਹ ਘਰ ਦੇ ਪਸ਼ੂ ਆ, ਵੈਸੇ ਵਪਾਰ ਦਾ ਕੰਮ ਤਾਂ ਨਹੀਂ ਕਰਦੇ? ਨਹੀਂ ਵਪਾਰ ਦਾ ਨਹੀਂ ਕਰਦੇ। ਠੀਕ ਹੈ। ਅੱਛਾ ਇਹ ਗਾਂ ਬਾਰੇ ਦੱਸੀ, ਕਿਨਵੇਂ ਸੂਏ ਸੂਣਾ? ਇਹਨੇ ਪਹਿਲੇ ਸੂਏ ਸੂਈ ਵੀ ਆ, ਦੂਜੇ ਹੁਣ ਸੂਣ ਨੂੰ ਤਿਆਰ ਹੈ। ਦੂਜੇ ਸੂਣ ਨੂੰ ਤਿਆਰ ਹੈ। ਕਿੰਨਾ ਚਿਰ ਰਹਿੰਦਾ ਇਹਦੇ? ਬਸ 5-7 ਦਿਨ ਲਊਗੀ। 5-7 ਦਿਨ ਲਊਗੀ। ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ? ਪਹਿਲੇ ਸੂਏ 18 ਲੀਟਰ ਚ ਹੋਇਆ ਜੀ। 18 ਲੀਟਰ। ਤੇ ਇਹ ਕਿਹੜੀ ਨਸਲ ਚ ਪੈਂਦੀ ਹੈ ਇਹ? ਮਤਲਬ ਜਰਸੀ ਗਾਂ, ਸੌਰੀ ਸਾਈਵਾਲ ਗਾਂ ਚੋਂ ਆਈ ਹੈ ਜਾਂ HF? ਨਹੀਂ, HF ਦੇ ਸਾਈਵਾਲ ਦਾ ਟੀਕਾ ਭਰਾਇਆ ਸੀ ਆਪਾਂ। ਠੀਕ ਹੈ। ਤੇ ਹੁਣ ਇਹਦੇ ਕਿਹੜਾ ਟੀਕਾ? ਹੁਣ ਵੀ ਇਹਦੇ ਸਾਈਵਾਲ ਜੀ। ਹੁਣ ਵੀ ਸਾਈਵਾਲ ਹੈ। ਤੇ ਦੁੱਧ ਇਹ 18 ਲੀਟਰ ਪਹਿਲੇ ਸੂਏ ਦਿੱਤਾ ਹੈ? ਹਾਂਜੀ, ਆਪਣੇ ਕੋਲ ਪੂਰਾ 18 ਲੀਟਰ ਚੋਂ ਹੈ। ਠੀਕ ਹੈ। ਤੇ ਹੁਣ ਜਿਵੇਂ ਦਹਿਣੇ ਦੇ ਥੋੜੇ ਰਹਿੰਦੇ, ਉਸ ਹਿਸਾਬ ਤੇ ਹਵਾਨਾ ਹਜੇ ਘੱਟ ਬਣਾਇਆ ਇਹਨੇ? ਹਾਂਜੀ, ਇਹ ਮੌਕੇ ਤੇ ਬਣਾਊਗੀ। ਜਮਾ ਮੌਕੇ ਤੇ? ਹਾਂਜੀ, ਥੋੜਾ ਜਿਹਾ ਚੋਣ ਚ ਛੱਡੀ ਥੋੜੀ ਲੇਟ ਸੀਗੀ। ਠੀਕ ਹੈ, ਲੇਟ ਛੱਡੀ ਆਏ ਨੇ ਜੀ। ਠੀਕ ਹੈ। ਹਾਂਜੀ, ਤੇ ਇਹਦਾ ਕੀ ਰੇਟ ਕਰਦੇ ਹੋ? ਇਹਦਾ ਜੀ 45,000 ਆ ਜੀ। ਠੀਕ ਹੈ। ਫਿਕਸ ਤਾਂ ਨਹੀਂ ਇਹਦੇ ਚੋਂ? ਮਾਨਤਾਨ ਹੋ ਜੂਗਾ? ਹਾਂ, ਮਾਨਤਾਨ ਹੋ ਜੂਗਾ। ਠੀਕ ਹੈ। ਮਾੜੀ ਜੀ ਨੂੰ ਖੋਲ ਲਈ ਦੋਸਤੋ, ਗਾਂ ਤੁਹਾਨੂੰ ਦਿਖਾ ਦਿੰਦਾ। HF ਦੇ ਪੇਟੋਂ ਸਾਈਵਾਲ ਟੀਕੇ ਰਾਹੀਂ ਇਹ ਪੈਦਾ ਹੋਈ ਵੀ ਵਹਿੜ ਹੈ, ਦੂਜੇ ਸੂਏ ਸੂਣਾ ਹੈ। ਥਣ ਹਵਾਨਾ ਦੋਸਤੋ ਸਾਫ਼ ਹੈ, ਹਜੇ ਥੋੜ੍ਹਾ ਤਿਆਰ ਕੀਤਾ ਹੈ, ਇਸ ਲਈ ਬਾਈ ਤੋਂ ਮੈਂ ਪੁੱਛ ਲਿਆ ਸੀ ਕਿਉਂਕਿ ਦੁੱਧ ਦੇ ਹਿਸਾਬ 'ਤੇ ਦੋਸਤੋ ਲੱਗਦਾ ਸੀ ਹਵਾਨਾ ਘੱਟ ਹੈ, ਪਰ ਇਹ ਬਾਈ ਜੀ ਹੋਰੀ ਦੱਸਦੇ ਆ ਵੀ ਜਦੋਂ ਸੂਣ ਦੇ ਬਿਲਕੁਲ ਨੇੜ ਹੋਈ ਉਦੋਂ ਹਵਾਨਾ ਭਰੂਗੀ। ਬਾਕੀ ਉਹ ਨਾ ਦੋਸਤੋ ਮੈਂ ਇਹਨੂੰ ਦੇਖਿਆ ਅਤੇ ਨਾ ਤੁਸੀਂ ਦੇਖਣਾ ਇਹਨੂੰ ਜਦੋਂ ਪਹਿਲੇ ਸੂਏ ਸੂਈ ਸੀ। ਬਸ ਮੋੜ ਲਾ ਵੀਰੇ। ਸੋ ਦੋਸਤੋ ਆਪਦੀ ਨਿਰਖ ਪਰਖ ਪੂਰੀ ਕਰਕੇ ਤਸੱਲੀ ਨਾਲ ਫਿਰ ਸੌਦਾ ਕਰਿਓ। ਬਾਕੀ ਘਰੇਲੂ ਪਸ਼ੂ ਆ ਬਾਈ ਕੋਲ, ਜਦੋਂ ਦੋਸਤੋ ਇਹ ਸੂ ਪੈਂਦੀ ਉਦੋਂ ਬਾਅਦ 'ਚ ਜਿਹੜਾ ਇਹਦਾ ਦੁੱਧ ਦਾ ਵੀ ਪਤਾ ਲੱਗ ਜੂਗਾ। ਜੇ ਕਿਸੇ ਵੀਰ ਨੂੰ ਇਸ ਤਰ੍ਹਾਂ ਪਸੰਦ ਆਉਂਦੀ ਹੈ ਤਾਂ ਤੁਸੀਂ ਆ ਕੇ ਇਸ ਗਾਂ ਨੂੰ ਦੇਖ ਸਕਦੇ ਹੈ, ਦੇਖ ਕੇ ਸੌਦਾ ਕਰ ਸਕਦੇ ਹੈ। ਰੇਟ ਦੋਸਤੋ ਕਦੇ ਵੀ ਜਿਹੜੇ ਪੰਜਾਬ ਦੇ ਵਿੱਚ ਉਹ ਫਿਕਸ ਨਹੀਂ ਹੁੰਦੇ, ਮਤਲਬ ਜਿਹੜਾ ਇਹ ਰੇਟ ਹੈ ਮੌਕੇ 'ਤੇ ਘੱਟ ਜਾਣਾ ਜਦੋਂ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਆ। ਮੇਨ ਇਹ ਆ ਵੀ ਤੁਹਾਡੇ ਪਸ਼ੂ ਪਸੰਦ ਆਉਣਾ ਚਾਹੀਦਾ, ਉਦੋਂ ਬਾਅਦ ਦੋਸਤੋ ਸੌਦਾ ਜਿੰਨੇ ਤੁਸੀਂ ਪੈਸੇ ਲਾਉਣੇ ਚਾਹੁੰਦੇ ਆ ਉਨੇ ਤੁਸੀਂ ਲਾ ਕੇ ਦੇਖ ਸਕਦੇ ਆ। ਬਾਕੀ ਉਨੇ 'ਚ ਜੇ ਬਾਈ ਜੀ ਹੋਰਾਂ ਨੂੰ ਜਚੂਗਾ ਤਾਂ ਇਹ ਤੁਹਾਨੂੰ ਇਹ ਪਸ਼ੂ ਜਿਹੜਾ ਉਨੇ 'ਚ ਛੱਡ ਦੇਣਗੇ। ਸੋ ਇਹ ਤੋਂ ਬਿਨਾਂ ਇੱਕ ਝੋਟੀ ਆ ਬਾਈ ਕੋਲ, ਇਹ ਵੀ ਇਹਨਾਂ ਦਾ ਇਰਾਦਾ ਹੈਗਾ ਦੋਸਤੋ ਵੇਚਣ ਦਾ, ਇਹਦੇ ਬਾਰੇ ਪੁੱਛ ਲੈਂਦੇ ਬਾਈ। ਇਹ ਝੋਟੀ ਬਾਰੇ ਦੱਸੀ, ਇਹਨੇ ਕਹਿੰਦੇ ਸੂਏ, ਇਹ ਸੂਈ ਵੀ ਇਹ ਪਹਿਲੇ ਸੂਏ ਸੂਈ ਵੀ? ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਹੋ ਗਈ 7 ਮਹੀਨੇ। 7 ਮਹੀਨੇ ਹੋ ਗਏ ਸੂਈ ਨੂੰ। ਠੀਕ ਹੈ। ਦੁੱਧ ਇਹਨੇ ਕਿੰਨਾ ਕੁ ਦਿੱਤਾ ਸੀ? ਦੁੱਧ ਦਾ 9 ਲੀਟਰ ਦੁੱਧ ਸੀਗਾ ਜੀ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ। ਠੀਕ ਹੈ। ਅਤੇ ਇਹ ਇੱਦੋਂ ਅੱਗੇ ਗੱਭਣ ਨਹੀਂ ਹੋਈ? ਨਹੀਂ, ਇਹ ਤਾਰਾਂ ਘਰ ਹਟੀ ਹੈ ਜੀ, ਅਤੇ ਮਤਲਬ ਭਰਾਇਆ ਨਹੀਂ ਹਜੇ, ਟੀਕਾ ਸੀਗਾ, ਬੋਲੂਗੀ ਹਜੇ। ਠੀਕ ਹੈ। ਅਜੇ ਬੋਲੀ ਨਹੀਂ ਉਦੋਂ ਬਾਅਦ? ਬੋਲੀ ਨਹੀਂ। ਦੁੱਧ ਹੁਣ ਕਿੰਨਾ? ਦੁੱਧ ਹੁਣ 4 ਕਿਲੋ ਦੋਵਾਂ ਟਾਈਮਾਂ ਦਾ ਹੈਗਾ ਜੀ। ਮਿਲਦੀ ਕਿਵੇਂ ਇਹ? ਮਿਲਦੀ ਚਾਟ 'ਤੇ ਜੀ। ਚਾਟ 'ਤੇ ਮਿਲਦੀ ਹੈ? ਦੋਨੇ ਟਾਈਮ ਮਿਲਦੀ ਹੈ? ਦੋਨੇ ਟਾਈਮ ਜੀ। 2-2 ਕਿਲੋ ਦੁੱਧ ਹੈ? ਹਾਂਜੀ ਹਾਂਜੀ। ਰੇਟ ਇਹਦਾ? ਰੇਟ ਇਹਦਾ ਜੀ 45,000। 45,000 ਇਹਦਾ ਰੇਟ ਕਰਦੇ ਆ। ਠੀਕ ਹੈ। ਇਹਦਾ ਇੱਕ ਥਣ ਜਿਹੜਾ ਉਹ ਛੋਟਾ ਲੱਗਦਾ ਦੂਜੇ ਥਣਾਂ ਦੇ ਮੁਕਾਬਲੇ। ਚੌਂਗੀ ਜਾਣ, ਕੱਟੀ ਚੁੰਗੀ ਹੈ ਇਹ। ਇਸ ਲਈ ਵੀਰ ਪੁੱਛ ਲਿਆ ਕਿਉਂਕਿ ਜਿਹਨੇ ਲੈਣੀ ਉਹਨੇ ਫੁੱਲ ਤਸੱਲੀ ਕਰਨੀ ਹੈ, ਤੇ ਬਾਅਦ ਚ ਆ ਕੇ ਕੋਈ ਵੀਰ ਮੁੜੇ ਨਾ। ਮੈਂ ਤੇਰੇ ਕੋਲ ਹੁਣ ਵੀਡੀਓ ਬਣਾਉਣ ਆਇਆ। ਕੱਟੀ ਤੋਂ ਬਗੈਰ ਆਈ ਕੱਲੀ ਹੈ ਇਸੇ ਤਰ੍ਹਾਂ ਹੀ। ਠੀਕ ਹੈ। ਇਹ ਕੱਲੀ ਦੇਣੀ ਆਪਾਂ ਤੇ ਉਹ ਕੱਟੀ ਨੇ ਚੁੰਗਿਆ ਥਣ? ਹਾਂਜੀ। ਕਨਫਰਮ ਮਤਲਬ ਸਹੀ ਹੈ ਥਣ ਦੋਨੇ? ਹਾਂਜੀ ਹਾਂਜੀ। ਤਿੰਨੇ ਕੱਟੀ ਛੱਡ ਦੇਣੀ ਹੇਟਾਂ ਜੀ। ਠੀਕ ਹੈ। ਬੋਚਰ ਹੋ ਗਿਆ ਟੜੀ ਨੂੰ ਉਹ ਵੈਸੇ ਜਿਹੜੀ ਦੁੱਧ ਜਿਹੜਾ ਉਹ ਚੁੰਗੀ ਨਾਲ ਵੱਧੀ ਕਰਕੇ, ਮਤਲਬ ਚਾਰੇ ਥਣ ਇੱਕੋ ਜਿਹੇ ਆ, ਸਹੀ ਥਣ ਹੈ ਨਾ? ਹਾਂਜੀ। ਠੀਕ ਹੈ ਦੋਸਤੋ, ਝੋਟੀ ਤੁਹਾਨੂੰ ਦਿਖਾ ਦਿੰਦਾ। ਜਦੋਂ ਦੋਸਤੋ ਦੂਰ ਆ ਜਾਈਦਾ ਉਦੋਂ ਬਾਅਦ 'ਚ ਮੁੜਿਆ ਜਾ ਨਹੀਂ ਸਕਦਾ ਹੁੰਦਾ, ਵੀਡੀਓ ਬਣਾਉਣੀ ਪੈਂਦੀ ਹੈ। ਜਦੋਂ ਆ ਕੇ ਦੇਖਿਆ ਤਾਂ ਇੱਕ ਥਣ ਜਿਹੜਾ ਉਹ ਤੁਸੀਂ ਦੇਖ ਸਕਦੇ ਆ ਬਿਲਕੁਲ ਉੱਪਰ ਨੂੰ ਚੜਿਆ, ਪਰ ਬਾਈ ਜੀ ਹੋਰੀ ਦੱਸਦੇ ਆ ਵੀ ਕੱਟੀ ਨਾਲ ਵੱਧੀ ਸੀ ਉਹਨੇ ਚੁੰਗਿਆ। ਦੋਸਤੋ ਜਿਹੜੇ ਵੀਰ ਦੇ ਪਸੰਦ ਆਉਂਦੀ ਹੈ ਬੇਸ਼ੱਕ ਬਾਈ ਤੋਂ ਤੁਸੀਂ ਫੋਟੋ ਮੰਗਾ ਲਿਓ ਥਣਾਂ ਦੀ, ਚਾਰੇ ਥਣ ਤੁਹਾਨੂੰ ਇੱਕੋ ਜਿਹੇ ਲੱਗੇ ਤਾਂ ਆ ਜਾਓ, ਨਹੀਂ ਫਿਰ ਦੋਸਤੋ ਜਿਹੜਾ ਫੋਟੋ ਤੋਂ ਆਪਦੀ ਤਸੱਲੀ ਕਰ ਲਿਓ। ਜੇ ਵੀਡੀਓ 'ਚ ਮੈਂ ਤੁਹਾਨੂੰ ਜਿਵੇਂ ਦੀ ਹੈ ਉਵੇਂ ਦੀ ਦਿਖਾ ਦਿੰਦਾ। ਲਗਭਗ ਜੈੱਡ ਬਲੈਕ ਪੂਛ ਹੈ ਪੁੜੇ ਦੋਸਤੋ, ਚੜਾਈ ਤੁਸੀਂ ਆਪ ਅੰਦਾਜ਼ਾ ਲਾ ਲਓ, ਸਿੰਗ ਮੂੰਹ ਮੱਥਾ ਤੁਹਾਨੂੰ ਦਿਸਦਾ। ਬਾਕੀ ਇਹ ਚਾਟ 'ਤੇ ਮਿਲਦੀ ਹੈ ਦੋਸਤੋ, ਦੋਨੇ ਟਾਈਮ ਮਿਲਦੀ ਹੈ। ਜਦੋਂ ਕੋਈ ਓਪਰਾ ਬੰਦਾ ਆਉਂਦਾ ਉਦੋਂ ਪਸ਼ੂ ਘਬਰਾਉਂਦਾ ਹੀ ਹੈ। ਪੁੜਿਆਂ ਦੀ ਚੜਾਈ ਚੰਗੀ ਹੈ, ਕੱਦ ਕਾਠ ਬਹੁਤ ਹੈ,
ਬਾਕੀ ਜੋ ਸਟਰਕਚਰ ਆ ਬਾਕੀ ਤੁਹਾਡਾ ਦੋਸਤੋ ਬਿਲਕੁਲ ਸਾਹਮਣੇ ਹੈ। 45,000 ਇਹਦਾ ਰੇਟ ਆ, 45 ਵੈਟ ਦਾ, ਬਾਕੀ ਰੇਟ ਫਿਕਸ ਨਹੀਂ ਗੇ, ਇਹਨਾਂ 'ਚੋਂ ਤੁਹਾਡਾ ਮਾਨਤਾਨ ਵੀ ਕੀਤਾ ਜਾਊ। ਇਹ ਕੱਟੀ ਦੋਸਤੋ ਇਸ ਝੋਟੀ ਨੇ ਪਹਿਲੇ ਸੂਏ ਦਿੱਤੀ ਹੈ, ਬਾਕੀ ਇਹ ਨਾਲ ਨਹੀਂ ਗੀ, ਇਕੱਲੀ ਝੋਟੀ ਵੇਚਣੀ ਬਾਈ ਜੀ ਹੋਰਾਂ ਨੇ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਇਹਨਾਂ ਦੋਵਾਂ ਪਸ਼ੂਆਂ 'ਚੋਂ ਜੇ ਕੋਈ ਪਸ਼ੂ ਤੁਹਾਡੇ ਪਸੰਦ ਆਉਂਦਾ ਬਾਈ ਜੀ ਹੋਰਾਂ ਨੂੰ ਕਾਲ ਕਰ ਸਕਦੇ ਹਾਂ, ਕਾਲ ਕਰਕੇ ਦੋਸਤੋ ਇਹਨਾਂ ਨਾਲ ਤੁਸੀਂ ਆਪਦਾ ਸੌਦਾ ਰਲਾ ਸਕਦੇ ਹਾਂ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।